ਸਤਿ ਸ੍ਰੀ ਅਕਾਲ, ਮੈਂ ਹਾਂ ਕ੍ਰਿਸ਼ਨ ਤਨੇਜਾ, ਬਲੱਡ ਡੋਨੇਸ਼ਨ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰਡ ਫਾਜ਼ਿਲਕਾ ਵੱਲੋਂ ਸਵਰਗੀ ਸ੍ਰੀ ਚਰਨ ਲਾਲ ਤਨੇਜਾ ਜੀ ਦੀ ਨਿੱਘੀ ਯਾਦ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ 27 ਜਨਵਰੀ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਲੱਗੇਗਾ। ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਪੁੰਨ ਦੇ ਕੰਮ ਵਿੱਚ ਤੁਸੀਂ ਵੀ ਆਪਣਾ ਹਿੱਸਾ ਪਾਓ ਅਤੇ ਪੁੰਨ ਦੇ ਭਾਗੀ ਬਣੋ। ਟੇਕ ਅ ਬ੍ਰੈਥ, ਸਟਾਪ, ਸਭ ਮਿਲ ਕੇ ਕਰੇ ਕੰਮ ਕੁਛ ਮਹਾਨ, ਬਚ ਜਾਏ ਕਿਸੇ ਕਾ ਜੀਵਨ, ਬਚ ਜਾਏ ਕਿਸੇ ਕਾ ਜੀਵਨ। ਮੈਂ ਤੁਹਾਡਾ ਆਪਣਾ ਗੁਰਸੇਵਕ ਜੀ, ਖੂਨਦਾਨ ਮਹਾਂਦਾਨ ਮਹਾਂਕਲਿਆ ਬਲੱਡ ਡੋਨੇਸ਼ਨ ਵੈਲਫੇਅਰ ਸੁਸਾਇਟੀ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਸੁਰਗੇ ਸ੍ਰੀ ਚਾਨਣ ਲਾਲ ਤਨੇਜਾ ਜੀ ਦੀ ਯਾਦ ਵਿੱਚ ਉਹਨਾਂ ਦੀ ਪੁੰਨਿਆ ਤਿਥੀ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਇੱਕ ਖੂਨਦਾਨ ਕੈਂਪ ਹੋਣ ਜਾ ਰਿਹਾ ਹੈ, ਜੋ 27 ਜਨਵਰੀ ਨੂੰ ਸੁਬਹਾ 9 ਵਜੇ ਤੋਂ ਲੈ ਕੇ ਔਰ 2 ਵਜੇ ਤੱਕ ਹੈ। ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਲੈਣਾ ਹੈ। ਸੋ ਅੱਗੇ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਹੈ, ਸਪੋਰਟ ਕਰਨਾ ਹੈ। ਸਭ ਮਿਲ ਕੇ ਕਰਨ ਖੂਨਦਾਨ ਹਮ ਦੇਂਗੇ, ਮਰਦੇ ਹੋਏ ਕਿਸੇ ਨੂੰ ਬਚੀ ਜੀਵਨ ਨਾਮ ਦੇ, ਕਿਸੇ ਕਾ ਜੀਵਨ ਬਚ ਜਾਏ ਕਿਸੇ ਕਾ ਜੀਵਨ। ਆਓ ਕਰ ਲੈ ਰਕਤਦਾਨ, ਸ਼ੁਭ ਕਾਮ, ਆਓ ਸਭ ਮਿਲ ਕੇ ਕਰਤੇ ਹੈ ਖੂਨਦਾਨ, ਮਿਲ ਕੇ ਕਰਤੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂਜੀ ਤੁਹਾਡਾ ਆਪਣੇ ਅਨਿਰੁੱਧ ਸ਼ਰਮਾ ਸਿੰਘ ਫਾਜ਼ਿਲਕਾ ਤੋਂ, ਤੇ ਅੱਜ ਤੁਹਾਡੇ ਨਾਲ ਇੱਕ ਇਨਫੋਰਮੇਸ਼ਨ ਸ਼ੇਅਰ ਕਰਨ ਜਾ ਰਿਹਾ ਜੀ। ਫਾਜ਼ਿਲਕਾ ਦੇ ਵਿੱਚ ਇੱਕ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਜੀ, ਜੋ ਕਿ ਬਲੱਡ ਡੋਨੇਸ਼ਨ ਵੈਲਫੇਅਰ ਸੁਸਾਇਟੀ ਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰਡ ਫਾਜ਼ਿਲਕਾ, ਜੋ ਕਿ ਸਵਰਗੀ ਸ਼੍ਰੀ ਚਾਨਣ ਲਾਲ ਤਨੇਜਾ ਜੀ ਦੀ ਯਾਦ ਦੇ ਵਿੱਚ ਇਹ ਕੈਂਪ ਲੱਗ ਰਿਹਾ ਜੀ। 27 ਜਨਵਰੀ 2019 ਸਵੇਰੇ 9:30 ਤੋਂ ਲੈ ਕੇ ਦੁਪਹਿਰ ਨੂੰ 2 ਵਜੇ ਤੱਕ ਕੈਂਪ ਲੱਗੇਗਾ ਸਿਵਲ ਹੋਸਪਿਟਲ ਫਾਜ਼ਿਲਕਾ। ਸੋ ਜਿੰਨੇ ਮੇਰੇ ਵੀਰ ਇਹ ਵੀਡੀਓ ਦੇਖ ਰਹੇ ਨੇ, ਸਭ ਨੂੰ ਬੇਨਤੀ ਹੈ ਵੀ ਤੁਸੀਂ ਵੱਧ ਤੋਂ ਵੱਧ ਬਲੱਡ ਡੋਨੇਟ ਕਰਨ ਆਓ। ਟਾਈਮ ਜਿਹੜਾ ਹੈ ਜੀ 9:30 ਤੋਂ ਲੈ ਕੇ 2 ਵਜੇ, ਤਰੀਕ ਹੈ ਜੀ 27 ਜਨਵਰੀ 2। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੀ ਤੁਹਾਡਾ ਆਪਣਾ ਭੋਲਾ ਜਮਲਾ, ਔਰ ਬੜੀ ਖੁਸ਼ੀ ਦੀ ਗੱਲ ਤੇ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਿਕਾਰਤ ਵੀਰ ਬਲੱਡ ਡੋਨੇਸ਼ਨ ਵੈਲਫੇਅਰ ਸੁਸਾਇਟੀ ਤੇ ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਦੇ ਵੱਲੋਂ ਇੱਕ ਬਹੁਤ ਵੱਡਾ ਵਿਸ਼ਾਲ ਖੂਨਦਾਨ ਕੈਂਪ 27 ਜਨਵਰੀ ਨੂੰ ਸਿਵਲ ਹਸਪਤਾਲ ਵਿੱਚ ਲਗਾਇਆ ਜਾ ਰਿਹਾ ਜੀ। ਤਾਂ ਮੈਂ ਬੇਨਤੀ ਕਰਦਾ ਹਾਂ ਕਿ ਜਿੰਨੇ ਵੀ ਵੀਰ ਨੇ ਜਿਹੜੇ ਖੂਨਦਾਨ ਕਰਨਾ ਚਾਹੁੰਦੇ ਆ ਤਾਂ ਉਹ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਜ਼ਰੂਰ ਆਉਣ ਔਰ ਆਪਣਾ ਯੋਗਦਾਨ ਪਾਉਣ, ਸਾਰੇ ਜਣੇ ਆਪਣਾ ਖੂਨਦਾਨ ਕਰੀਏ, ਕਿਉਂਕਿ ਖੂਨਦਾਨ ਕਰਨ ਦੇ ਨਾਲ ਜਿੱਥੇ ਆਪਣੇ ਸਰੀਰ ਨੂੰ ਵੀ ਬੈਨੀਫਿਟ ਮਿਲਦਾ ਹੈ, ਉੱਥੇ ਪਤਾ ਨਹੀਂ ਕਿਸ ਬੰਦੇ ਦੀ ਜ਼ਿੰਦਗੀ ਬਚ ਜਾਣੀ ਹੈ। ਤਾਂ ਇਹ ਬਹੁਤ ਵੱਡਾ ਦਾਨ ਦਾ ਕੰਮ ਹੈ, ਪੁੰਨ ਦਾ ਕੰਮ ਹੈ, ਤਾਂ ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ। ਤਾਂ ਮੈਂ ਆਪਣੇ ਵੱਲੋਂ ਇਹਨਾਂ ਦੀ ਜਿਹੜੀ ਟੀਮ ਹੈ ਸਾਰਿਆਂ ਨੂੰ, ਸ਼ਸ਼ੀ ਕਾਂਤ ਜੀ, ਸਰਬਜੀਤ ਢਿੱਲੋਂ ਸਾਹਿਬ, ਆਪਣੇ ਨਰੇਸ਼ ਮਿੱਤਲ ਜੀ ਔਰ ਕ੍ਰਿਸ਼ਨ ਤਨੇਜਾ ਜੀ ਮੇਰੇ ਵੀਰ, ਜਿਨ੍ਹਾਂ ਦੀ ਬਦੌਲਤ ਥੋੜ੍ਹੇ ਰੂਬਰੂ ਹੋਇਆ, ਔਰ ਸੰਦੀਪ ਅਨੇਜਾ ਜੀ, ਇਹਨਾਂ ਸਾਰੀ ਟੀਮ ਨੂੰ ਮੈਂ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਕਿ ਇਸ ਸ਼ੁਭ ਕੰਮ ਲਈ ਬੈਸਟ ਵਿਸ਼ੇਸ਼ ਮੈਂ ਦਿੰਦਾ ਕਿ ਤੁਸੀਂ ਇਹ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ। ਤਾਂ ਮਾਲਕ ਤੁਹਾਨੂੰ ਵੀ ਲੰਬੀ ਉਮਰ ਦੇਵੇ ਔਰ ਤੁਹਾਨੂੰ ਤੰਦਰੁਸਤ ਰੱਖੇ, ਤੁਹਾਡੇ ਪਰਿਵਾਰਾਂ ਨੂੰ ਤੰਦਰੁਸਤ ਰੱਖੇ, ਔਰ ਤੁਸੀਂ ਇੰਨੇ ਵੱਡੇ ਉਪਰਾਲੇ ਲਈ ਅੱਗੇ ਆਏ ਹੋ, ਤੁਸੀਂ ਤੁਹਾਡਾ ਮੈਂ ਆਪਣੇ ਵੱਲੋਂ ਸ਼ੁਕਰੀਆ ਵੀ ਅਦਾ ਕਰਦਾ। ਤਾਂ ਮੈਂ ਬੇਨਤੀ ਕਰਦਾ ਕਿ ਸਾਰੇ ਵੀ ਜਿੰਨੇ ਵੀਰ ਮੈਨੂੰ ਦੇਖ ਰਹੇ ਆ ਜਾਂ ਇਹਨਾਂ ਬਾਰੇ ਖੂਨਦਾਨ ਕੈਂਪ ਬਾਰੇ ਜਿਹਨਾਂ ਨੂੰ ਪਤਾ ਲੱਗ ਰਿਹਾ, ਤਾਂ ਤੁਸੀਂ ਸਾਰੇ ਜਣੇ ਉੱਥੇ ਪਹੁੰਚ ਕੇ ਖੂਨਦਾਨ ਜ਼ਰੂਰ ਕਰੋ ਜੀ, ਕਿਉਂਕਿ ਖੂਨਦਾਨ ਕਰਨਾ ਇੱਕ ਬਹੁਤ ਵੱਡਾ ਦਾਨ ਹੈ। ਤਾਂ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਇਸ ਵੱਡੇ ਉਪਰਾਲੇ ਦੇ ਲਈ। ਮੈਂ ਵੀ ਕੋਸ਼ਿਸ਼ ਕਰੂੰਗਾ, ਜੇ ਮਾਲਕ ਨੇ ਚਾਹਿਆ ਤਾਂ ਮੈਂ ਵੀ ਉੱਥੇ ਹਾਜ਼ਰ ਹੋ ਕੇ ਖੂਨਦਾਨ ਕਰਨ ਦੀ
मैं कोशिश करूँगा क्योंकि मैं अक्सर मेरे दिल की इच्छा रहती है और मैं प्रबंधकों वालों भी बहुत स्नेह हुक्म मिलते रहते हैं तो मैं भी कोशिश करूँगा जे मार्क ने चाहे तो मैं प्रोमिस नहीं करता क्योंकि रजिमे भरी लाइफ है तो मैं सारे बेनती करूँगा तुम जरूर पहुँचो तो सारे ने खूनदान करना जी जिंदगी किसी की बाजूगी तो थोड़ा बहुत बड़ा एक योगदान पैजूगा दुनिया समाज के इंसान के नाते तो थोड़ा बहुत बहुत धन्यवाद और सारी टीम को दोबारा फिर मुबारक और मैं बेनती दोबारा फिर अपने वालों जाने के भोला जमला और सारे फैमिली वालों बहुत बहुत धन्यवाद करदा और सारे अपील करदा कि खूनदान 27 जनवरी जरूर करो 27 जनवरी सिविल अस्पताल फाजिलका। थैंक यू। यूट्यूब चैनल सोनू सिंगर टिया फाजिलका। यूट्यूब चैनल सोनू